ਇੱਕ ਘਰ ਨੂੰ ਚੋਰਾਂ ਦੇ ਵੱਲੋਂ 4 ਵਾਰ ਨਿਸ਼ਾਨਾ ਬਣਾਇਆ ਗਿਆ। ਦੱਸ ਦਈਏ ਕਿ ਘਰ ਦੇ ਜਦੋਂ ਪਰਿਵਾਰਕ ਮੈਂਬਰ ਬਾਹਰ ਗਏ ਹੋਏ ਸੀ ਤਾਂ ਉਸ ਤੋਂ ਬਾਅਦ ਚੋਰਾਂ ਦੇ ਵੱਲੋਂ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਇੱਕੋ ਘਰ ਦੇ ਵਿੱਚ ਅੰਜਾਮ ਦਿੱਤਾ ਗਿਆ। ਹਾਲਾਂਕਿ ਪਹਿਲਾਂ ਇੱਕ ਚੋਰ ਆਇਆ ਅਤੇ ਉਸ ਤੋਂ 3 ਦਿਨਾਂ ਬਾਅਦ ਫਿਰ ਤੋਂ ਉਸਨੇ ਚੋਰੀ ਕੀਤੀ ਦੁਬਾਰਾ ਆ ਕੇ, ਤੇ ਇਸ ਤੋਂ ਬਾਅਦ ਦੇ ਵਿੱਚ 3 ਤੋਂ 4 ਚੋਰ ਆਉਂਦੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਉਸੇ ਘਰ ਨੂੰ 5 ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਯਾਨੀ ਕਿ ਕਹਿਣ ਦਾ ਮਤਲਬ ਇੱਕ ਤੋਂ ਬਾਅਦ ਇੱਕ ਕਰਕੇ 4 ਵਾਰੀ ਇੱਕੋ ਹੀ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਪਰਿਵਾਰਕ ਮੈਂਬਰ ਇਸ ਘਰ ਦੇ ਬਾਹਰ ਗਏ ਹੋਏ ਸੀ ਤੇ ਜਦੋਂ ਉਹ ਆ ਕੇ ਉਹਨਾਂ ਨੇ ਸੀਸੀਟੀਵੀ ਕੈਮਰੇ ਦੇਖੇ ਤਾਂ ਉਸ ਤੋਂ ਬਾਅਦ ਦੇ ਵਿੱਚ ਉਸਨੂੰ ਦੇਖ ਕੇ ਉਹਨਾਂ ਦੇ ਵੀ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਕਿ ਆਖਰ ਇੱਕੋ ਹੀ ਘਰ ਨੂੰ 4 ਵਾਰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ, ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ। ਹਾਲਾਂਕਿ ਜਦੋਂ 4ਥੀ ਵਾਰ ਇਹ ਚੋਰ ਆਏ ਤਾਂ ਸੀਸੀਟੀਵੀ ਦੇ ਵਿੱਚ ਕੈਦ ਜ਼ਰੂਰ ਹੋਏ ਨੇ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਇੱਕ ਚੋਰ ਘਰ ਦੀ ਕੰਧ ਨੂੰ ਟੱਪ ਕੇ ਅੰਦਰ ਆਉਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਰਕੇ 4 ਹੋਰ ਚੋਰ ਘਰ 'ਚ ਦਾਖਲ ਹੁੰਦੇ ਨੇ। ਚੋਰੀ ਕਰਨ ਤੋਂ ਬਾਅਦ ਉਹ ਫਰਾਰ ਹੋ ਜਾਂਦੇ ਨੇ। ਹਾਲਾਂਕਿ ਘਰ ਦੇ ਮਾਲਕ ਦਾ ਕਹਿਣਾ ਹੈ ਕਿ ਘਰ ਦੇ ਅੰਦਰ ਹੁਣ ਜਾਣ ਨੂੰ ਉਸਦੀ ਰੂਹ ਹੀ ਨਹੀਂ ਕਰ ਰਹੀ, ਕਿਉਂਕਿ ਬੜੀ ਹੀ ਮਿਹਨਤ ਕਰਕੇ ਪੈਸਾ ਕਮਾ ਕੇ ਇਸ ਕੋਠੀ ਦੇ ਉੱਤੇ ਲਗਾਇਆ ਗਿਆ ਸੀ, ਪਰ ਹੁਣ ਇਸ ਕੋਠੀ ਦੇ ਵਿੱਚ ਜਾਣ ਨੂੰ ਵੀ ਜੀ ਨਹੀਂ ਕਰ ਰਿਹਾ, ਕਿਉਂਕਿ ਦਰਵਾਜ਼ੇ ਤੱਕ ਤੋੜ ਦਿੱਤੇ ਨੇ, ਟੂਟੀਆਂ ਤੱਕ ਚੋਰੀ ਕਰ ਲਈਆਂ ਨੇ, ਮਹਿੰਗੇ ਮੁੱਲ ਦੇ ਜੋ ਕੱਪੜੇ ਖਰੀਦ ਕੇ ਪਾਉਣ ਦੇ ਲਈ ਰੱਖੇ ਹੋਏ ਸੀ ਉਸਨੂੰ ਵੀ ਚੋਰੀ ਕਰਕੇ ਲੈ ਗਏ ਨੇ। ਇੱਥੋਂ ਤੱਕ ਕਿ ਖਾਣ ਵਾਲੇ ਬਰਤਨ ਤੱਕ ਨਹੀਂ ਚੋਰਾਂ ਨੇ ਛੱਡੇ। ਤਾਂ ਦੱਸ ਦਈਏ ਕਿ ਹੁਣ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਹੈ, ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਾਂ ਦੱਸ ਦਈਏ ਕਿ ਲੁਧਿਆਣਾ ਤੋਂ ਇਹ ਚੋਰੀ ਦਾ ਮਾਮਲਾ ਸਾਹਮਣੇ ਆਇਆ। ਇਹ ਸਰ ਇਸ ਤਰ੍ਹਾਂ ਵਾ ਵੀ ਚੋਰ ਆਪਣਾ ਆਏ ਨੇ ਜੀ ਘਰ ਦੇ ਵਿੱਚ, ਪਹਿਲਾਂ ਤਾਂ ਇੱਕ ਇਕੱਲਾ ਹੀ ਚੋਰ ਆਇਆ ਵਾ ਜੀ, ਉਹ ਆਇਆ 3 ਮਾਰਚ ਦੇ ਰਾਉਂਡ ਜੀ, ਉਹ ਉਦੋਂ ਚੋਰੀ ਕਰਕੇ ਲੈ ਗਿਆ। ਫਿਰ ਦੂਜੀ ਵਾਰੀ ਉਹ 5 ਕਿ 6 ਤਰੀਕ ਨੂੰ ਆਇਆ, ਫਿਰ ਚੋਰੀ ਕਰਕੇ ਲੈ ਗਿਆ। ਸਾਨੂੰ ਪਤਾ ਲੱਗਿਆ ਚੀਜ਼ 10 ਤਰੀਕ ਦੇ ਰਾਉਂਡ। ਅੱਛਾ ਜੀ, ਜਦੋਂ ਅਸੀਂ ਉਸ ਘਰ ਦੇ ਵਿੱਚ ਗਏ ਤਾਂ ਜਾ ਕੇ ਪਤਾ ਲੱਗਿਆ ਵੀ ਉੱਥੇ ਤਾਲਾ ਵਗੈਰਾ ਸਾਰਾ ਟੁੱਟਿਆ ਪਿਆ ਵਾ। ਤੁਸੀਂ ਬਾਹਰ ਗਏ ਹੋਏ ਸੀ? ਮੈਂ ਕਿਤੇ ਬਾਹਰ ਗਿਆ ਹੋਇਆ ਸੀਗਾ। ਅਤੇ ਫਿਰ ਅਸੀਂ ਫਿਰ ਉਹ 15 ਤਰੀਕ ਦੀ ਰਾਤ ਨੂੰ ਫਿਰ ਆ ਗਏ। ਅੱਛਾ, ਇਹ ਮਾਰਚ ਦੀਆਂ ਗੱਲਾਂ ਨੇ। ਫਿਰ ਮੈਂ ਪੁਲਿਸ ਨੂੰ ਕਿਹਾ ਵੀ ਆ, ਉਹ ਕਹਿੰਦੇ ਅਸੀਂ ਟਰੇਸ ਕਰ ਰਹੇ ਹਾਂ, ਮੈਂ ਵੀ ਕਾਫੀ ਚੱਕਰ ਲਗਾਏ ਪਰ ਹੋਇਆ ਕੁਛ ਨਹੀਂ। ਇਹ ਹੁਣ 15 ਤਰੀਕ ਦੀ ਰਾਤ ਨੂੰ ਉਹ 5 ਬੰਦੇ ਆਏ, ਉਹਨਾਂ ਨੇ A to Z ਘਰ ਨੂੰ ਤੋੜ ਪਾੜ ਦਿੱਤਾ, ਦਰਵਾਜ਼ੇ ਤੋੜਤੇ, ਸਾਰਾ ਕੁਝ ਤੋੜਤਾ, ਟੂਟੀਆਂ ਲੈ ਗਏ, ਸਭ ਕੁਝ ਲੈ ਗਏ। ਅੰਦਰ ਮਾਤਾ ਵਾਲਾ ਕੈਸ਼ ਪਿਆ ਸੀਗਾ, ਜਿਹੜਾ ਆਪਾਂ ਮੱਥਾ ਟੇਕੇ ਵਾਲਾ ਹੁੰਦਾ ਕਾਫੀ ਹੁੰਦਾ, ਉਹ ਵੀ ਉਹ ਸਾਰਾ ਲੈ ਗਏ। ਅਤੇ ਇਹ 5 ਬੰਦੇ ਆਏ ਸੀ ਜਿਹੜੇ CCTV ਕੈਮ ਦੇ ਵਿੱਚ ਹੈਗੇ ਨੇ ਫੁਟੇਜ ਦੇ ਵਿੱਚ, ਅਤੇ ਪੁਲਿਸ ਨੂੰ ਉਹ ਲੱਭ ਰਹੇ ਨੇ, ਪੁਲਿਸ ਲੱਭ ਰਹੀ ਹੈ ਉਹਨਾਂ ਨੂੰ। ਤੁਸੀਂ ਕਹਿ ਰਹੇ ਹੋ ਇੱਕੋ ਹੀ ਘਰ ਨੂੰ ਜਿਹੜਾ 3 ਵਾਰੀ 5-4 ਵਾਰੀ ਨਿਸ਼ਾਨਾ ਕਰਤਾ, ਇੱਕੋ ਹੀ ਘਰ ਨੂੰ ਆ 1.5-2 ਮਹੀਨਿਆਂ ਦੇ ਵਿੱਚ ਇਹਨਾਂ ਨੇ 4-4 ਵਾਰੀ ਚੋਰੀ ਕਰ। ਪੁਲਿਸ ਹਰਕਤ 'ਚ ਨਹੀਂ ਆਈ ਜਾਵੇ ਤੁਸੀਂ? ਹੁਣ ਪੁਲਿਸ ਸਿਸਟਮ ਹਰਕਤ ਦੇ ਵਿੱਚ ਆਈ ਹੋਈ ਆ, ਉਹ ਕਰ ਰਹੀ ਹੈ, ਕੋਈ ਹੁਣ ਕਿਤੇ ਬਚਾਈ ਨਹੀਂ। ਹਾਂਜੀ, ਨੁਕਸਾਨ ਹੋਇਆ? ਨੁਕਸਾਨ ਤਾਂ ਸਰ ਕਾਫੀ ਜ਼ਿਆਦਾ ਹੋ ਗਿਆ, ਆਪਣਾ ਕੱਪੜੇ ਕਾਫੀ ਬਹੁਤ ਜ਼ਿਆਦਾ ਕੱਪੜਾ ਲੈ ਗਏ, ਅਨਸਟਿਚ ਕੱਪੜਾ ਬਹੁਤ ਸੀ, ਕੋਸਟਲੀ ਕੱਪੜਾ ਸੀ, ਕਰੋਕਰੀ ਬਹੁਤ ਜ਼ਿਆਦਾ ਕੋਸਟਲੀ ਸੀ ਉਹ ਲੈ ਗਏ, ਟੂਟੀਆਂ ਕਦੇ ਉਹਨੇ ਛੋੜੀ ਨਹੀਂ, ਹੱਥ ਧੋਣ ਲਈ ਵੀ ਟੂਟੀ ਹੈ ਨਹੀਂ ਘਰ ਦੇ ਵਿੱਚ। ਅੱਛਾ, ਅਤੇ ਕੁਛ ਸਿਲਵਰ ਦਾ ਸਮਾਨ ਸੀ, ਗੱਲ ਥੋੜ੍ਹਾ ਮੋਟਾ ਗੋਲਡ ਹਲਕਾ ਫੁਲਕਾ ਜ਼ਿਆਦਾ ਨਹੀਂ ਸੀ, ਘਰ ਰੱਖਦੇ ਨਹੀਂ, ਤਾਂ ਉਹ ਵੀ ਲੈ ਗਏ ਨੇ ਉਹ। ਤੋੜ ਬੰਨ ਗਏ ਨੇ ਘਰ ਨੂੰ, ਜਾਨੀ ਕਹਿੰਦਾ ਮਤਲਬ ਉਹਨਾਂ ਨੇ ਗੋਦੇ ਦੀਆਂ ਅਲਮਾਰੀਆਂ ਦਾ ਤੋੜਤੀਆਂ, ਫਰਨੀਚਰ ਬਹੁਤ ਤੋੜਤਾ, ਜਿਹੜਾ ਜਿੰਨੇ ਹੀ ਖੁੱਲ੍ਹੀ ਤੋੜਤੀ। CCTV ਵਗੈਰਾ 'ਚ ਆਇਆ ਕੁਛ? ਹਾਂਜੀ ਹਾਂ, CCTV ਦਾ ਆਪਣਾ CCTV ਸਾਰਾ ਕੁਛ ਆਇਆ ਹੋਇਆ ਜੀ। ਨਹੀਂ ਤੋੜਦਿਆਂ ਨਹੀਂ ਆਇਆ, CCTV ਤਾਂ ਬਾਹਰ ਦਾ ਹੀ ਹੈ ਨਾ, ਕਿਉਂਕਿ ਆਉਣ ਲੱਗੇ ਉਹਨਾਂ ਨੇ ਜਦ ਤੱਕ ਉਹ ਕਰਦੇ ਹੁੰਦੇ ਤੋੜ ਲੜਾਈ ਕਰ ਰਹੇ ਸੀ, ਜਦ ਤੱਕ ਤਾਂ ਦਿਖ ਰਹੇ ਨੇ। ਏਰੀਆ ਕਿਹੜਾ ਹੈ? ਇਹ ਸ਼ਿਮਲਾਪੁਰੀ ਆ ਜੀ। ਹਾਂਜੀ, ਸ਼ਿਮਲਾਪੁਰੀ ਕਿੱਥੇ ਕਰਕੇ ਤੁਹਾਡਾ ਇਹ ਸਰ ਆਪਣਾ ਹੈਗਾ ਜੀ ਢੰਡ ਪੈਲਸ ਦੇ ਸਾਹਮਣੇ, ਢੰਡ ਸਬਜ਼ੀ ਮੰਡੀ ਆ ਉਹ ਵਾਲੀ ਜਗ੍ਹਾ। ਕਿੰਨੇ ਗੱਜ ਦੀ ਕੋਠੀ ਹੈ? ਇਹ ਸਰ ਜਗ੍ਹਾ ਤਾਂ ਹੈਗੀ ਆ ਉਹ ਆਪਣਾ 2500 ਗੱਜ ਦੀ ਪ੍ਰੋਪਰਟੀ ਹੈਗੀ ਆ, ਅੰਦਰ ਜਿਹੜੀ ਜਗ੍ਹਾ ਬਣੀ ਹੋਈ ਹੈ ਹੈਗੀ ਕੋਈ
13-1400 ਗਜ ਦੇ ਰਾਉਂਡ ਜਿਹ 'ਚ ਬਾਉਂਡਰੀ ਹੋਈ ਹੋਈ ਹੈ ਘਰ ਦੀ। ਤੁਸੀਂ ਦੱਸ ਰਹੇ ਸੀ ਤਾਲਾ ਵਗੈਰਾ ਵੀ ਆਪਣਾ ਲੱਗਾ, ਤਾਲਾ ਵੀ ਪਹਿਲਾਂ ਆਪਣਾ ਲੱਗਿਆ ਸੀ ਉਹ। ਅੱਛਾ, ਤਾਲਾ ਤੋੜਿਆ, ਦੇਖਿਆ ਘਰੇ ਕੋਈ ਹੈ ਨਹੀਂ ਗਾ, ਵੀ ਇਹਨਾਂ ਨੂੰ ਲੱਗਦਾ ਆਉਣਾ ਨਹੀਂ, ਜਿਸ ਹਿਸਾਬ ਨਾਲ ਪਤਾ ਲੱਗ ਜਾਂਦਾ ਉਹਨਾਂ ਨੂੰ ਚੋਰਾਂ ਨੂੰ ਪੀ ਜਾਂਦਾ, ਉਹ ਸਾਡੇ ਘਰਦੇ ਅੰਦਰ ਤਾਲਾ ਲਾ ਕੇ ਆਪਣਾ ਤਾਲਾ ਲਾ ਕੇ ਚਾਬੀ ਨਾਲ ਲੈ ਗਿਆ। ਕਿੰਨੀ ਉਮਰ ਦੇ ਬੰਦੇ ਲੱਗ ਰਹੇ ਜਿਹੜੇ? ਜਿਹੜਾ ਪਹਿਲੀ ਵਾਰ ਆਇਆ ਸੀ ਉਹ ਤਾਂ ਛੋਟੀ ਜਿਹੀ ਉਮਰ ਦਾ ਹੀ ਲੱਗਦਾ ਸੀ, ਜਿਵੇਂ 15-16 ਸਾਲ ਦਾ ਉਮਰ ਦਾ ਹੀ ਲੱਗਦਾ ਸੀ। ਨਹੀਂ ਪ੍ਰਵਾਸੀ ਤਾਂ ਨਹੀਂ ਮੈਨੂੰ ਲੱਗ ਰਿਹਾ ਸੀ, ਮੰਦਾ ਉਰੇ ਦਾ ਲੱਗ ਰਿਹਾ ਸੀ। ਉਹ ਪੁਲਿਸ ਕਹਿ ਰਹੀ ਆ ਵੀ ਸਾਨੂੰ ਮਿਲ ਰਹੀ ਆ ਕਸੂਹ ਵਗੈਰਾ ਮਿਲ ਰਹੀ ਆ, ਅਤੇ ਅਸੀਂ ਹੁਣ ਫੜਾਂਗੇ ਸਾਨੂੰ ਪੁਲਿਸ ਇਸ ਟਾਈਮ ਹਰਕਤ ਦੇ ਵਿੱਚ ਹੈਗੀ ਆ। ਬਾਕੀ ਮੈਂ ਤਾਂ ਉਹਨਾਂ ਨੂੰ ਕਹਿ ਰਿਹਾ, ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਹੈਗੀ, ਅਸੀਂ ਹਾਂਜੀ ਮੈਂ ਤਾਂ ਹੀ ਕਹਿੰਦਾ ਜੀ ਪੂਰੀ ਕਾਰਵਾਈ ਕੀਤੀ ਜਾਵੇ, ਇਹਨਾਂ ਨੇ ਨਕੇਲ ਪਾਈ ਜਾਵੇ, ਇਹਨਾਂ ਨੇ ਤਾਂ ਆਪਣਾ ਮਜ਼ਾਕ ਬਣਾਇਆ ਪਿਆ ਘਰ ਦਾ। ਜਿਹੜਾ ਘਰ ਮੇਰਾ ਇੰਨਾ ਵਧੀਆ ਸੀ ਉਹ 'ਚ ਮੇਰੇ ਹੁਣ ਅੰਦਰ ਵੜਨ ਤੱਕ ਨੂੰ ਦਿਲ ਨਹੀਂ ਕਰ ਰਿਹਾ, ਉਹਦੀ ਇੰਨੀ ਬੁਰੀ ਹਾਲਤ ਕਰਤੀ, ਅੰਦਰੋਂ ਜੇ ਤੋੜਤੇ ਸਭ ਕੁਝ ਤੋੜਤਾ, ਫਰਨੀਚਰ ਤੋੜਤਾ। ਮੇਰੀ ਇਹੀ ਦਰਖਾਸਤ ਵੀ ਪੁਲਿਸ ਇਹਦਾ ਐਨ ਪੂਰਾ ਠੋਕ ਕੇ ਐਕਸ਼ਨ ਲਵੇ, ਇਹਨਾਂ ਨੂੰ ਇਹਨਾਂ ਦੀ ਬਿਲਕੁਲ ਪੂਰੀ ਸਜ਼ਾ ਮਿਲੇ।